ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲਓ ਜੀ, ਆਪਣੀ ਚੁਣਮੁਣ ਫੈਮਿਲੀ ਦਾ ਪਾਰਸਲ ਆ ਗਿਆ ਸੀਗਾ। ਅਤੇ ਪਾਰਸਲ ਆਇਆ ਤੁਹਾਡੇ ਸਾਹਮਣੇ ਆ। ਆਪਾਂ ਫੀਡਿੰਗ ਟ੍ਰੇ ਮੰਗਵਾਈ ਆ ਮੁਰਗੀਆਂ ਲਈ, ਕਬੂਤਰਾਂ ਲਈ, ਇਹ ਦੋਨਾਂ ਲਈ ਯੂਜ਼ ਹੋ ਸਕਦੀ ਆ। ਇਹ ਆਪਾਂ ਤਾਂ ਮੰਗਵਾਈ ਆ ਕਿਉਂਕਿ ਉਹਨਾਂ ਦਾ ਦਾਣਾ ਬਹੁਤ ਖਿੰਡਾਉਂਦੀਆਂ ਸੀਗੀਆਂ, ਖਰਾਬ ਕਰਦੀਆਂ ਸੀਗੀਆਂ। ਜਿਹੜਾ ਦਾਣਾ ਖਿੰਡਦਾ ਸੀ ਖਰਾਬ, ਨੀਚੇ ਰਹਿੰਦਾ ਸੀ, ਉਹਨਾਂ ਕਰਕੇ ਕੀੜਿਆਂ ਦਾ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀਗੀ ਆਪਾਂ ਨੂੰ। ਤਾਂ ਕਰਕੇ ਮੰਗਵਾਈ ਆ, ਮੰਗਾਉਣੀ ਆਪਾਂ 3 ਸੀਗੀਆਂ। ਅਤੇ ਆਪਾਂ ਪਹਿਲਾਂ ਇੱਕ ਮੰਗਾ ਕੇ ਦੇਖੀ ਵਧੀਆ ਆਉਂਦੀ ਹੈ, ਕਿਵੇਂ ਆਉਂਦੀ ਹੈ। ਆਪਾਂ ਨੂੰ ਵੈਸੇ ਮਿਲ ਨਹੀਂ ਰਹੀ ਸੀ, ਤਾਂ ਕਰਕੇ ਆਪਾਂ ਨੇ ਔਡਰ ਕੀਤੀ। ਵਧੀਆ ਨਿਕਲੀ, ਵਧੀਆ ਪਲਾਸਟਿਕ, ਚਾਹੇ ਨਾ ਖਰਾਬ ਹੁੰਦੀ, ਜਿਵੇਂ ਮਰਜ਼ੀ ਧੋ ਲਓ। ਅਤੇ ਆਹ ਨਿਕਲ ਜਾਂਦੇ ਨੇ, ਇਹ ਲਾਗੇ ਸੀਗੇ, ਇਹ ਆਪਾਂ ਨੇ ਹੁਣ ਲਾਏ ਨੇ। ਅਤੇ ਆਪਣਾ ਹਫ਼ਤੇ ਦੇ ਵਿੱਚ ਆ ਜਾਂਦਾ। ਬਾਕੀ ਆਪਾਂ ਤੁਹਾਨੂੰ ਆਪਾਂ ਅੱਗੇ ਡੈਮੋ ਰੱਖ ਕੇ ਵੀ ਦਿਖਾਵਾਂਗੇ ਵੀ ਕਿਵੇਂ ਰਹਿੰਦਾ, ਕਿਵੇਂ ਦਾਣਾ ਪਾਣੀ ਖਾਂਦੀਆਂ ਨੇ। ਲਓ ਜੀ, ਤੁਹਾਨੂੰ ਵਾਸਤੇ ਬਟਰੇ ਦੇ ਕੇ ਆਏ ਸੀਗੇ। ਦਾਣਾ ਆਪਾਂ ਵਿੱਚ ਪਾ ਲਿਆ, ਕਣਕੀ ਟੋਟਾ ਪਾ ਲਿਆ, ਰੋਟੀ ਪਾ ਲਈ, ਅਤੇ ਥੋੜ੍ਹੇ ਜਿਹੇ ਇਹਨਾਂ ਦੇ ਫੇਵਰੇਟ ਹੁੰਦੇ ਗੱਠੇ ਪਾਵਾਂਗੇ। ਗੱਠੇ ਆਪਾਂ ਤਾਂ ਪਾਵਾਂਗੇ ਵਿੱਚ, ਕਿਉਂਕਿ ਜੇ ਥੋੜ੍ਹਾ ਇਹਨਾਂ ਨੇ ਉੱਪਰ ਵੀ ਕੀਤਾ ਤਾਂ ਗੱਠੇ ਜੋ ਇਹਦੇ ਕਰਕੇ ਵਿੱਚ ਉਹਨੂੰ ਮਾਰ ਲੱਗ ਜਾਣਗੇ, ਉਹਨੂੰ ਆਦਤ ਪੈ ਜੂਗੀ। ਅਤੇ ਆਪਣੀ ਸਨੋਹ ਇੱਧਰ ਜਿਹੜੇ ਆਪਣੇ ਛੋਟੇ ਡੋਨ ਅਤੇ ਮੂਨਾ, ਇਹਨਾਂ ਵਾਸਤੇ ਆਪਾਂ ਨੂੰ ਦੁਬਾਰਾ ਔਡਰ ਕਰਾਂਗੇ, ਕਿਉਂਕਿ ਆਪਾਂ ਨੇ ਦੇਖਣਾ ਸੀਗਾ ਕਿ ਸਹੀ ਬੈਠਦੀ ਕਿ ਨਹੀਂ ਬੈਠਦੀ। ਚਲੋ, ਉਹਨਾਂ ਦੀ ਡੈਮੋ ਵੀ ਦੇ ਦਿੰਦੇ ਵੀ ਖਾਂਦੇ ਕਿਵੇਂ ਕਿ ਨਹੀਂ ਖਾਂਦੇ। ਚਲੋ ਜੀ, ਆਪਾਂ ਰੱਖ ਕੇ ਦੇਖਦੇ ਹਾਂ ਇਹਨਾਂ ਨੂੰ ਕੀ ਕਰਦੇ ਕੀ ਨਹੀਂ। ਲੋ ਜੀ, ਥੋੜ੍ਹੇ ਥੋੜ੍ਹੇ ਅੱਗੇ ਡਰ ਡਰ ਕੇ ਮੂੰਹ ਜਿਹਾ ਮਾਰਨਾ। ਆਹ ਦੇਖੋ, ਆਹ ਵੀ ਲੱਗ ਗਿਆ ਚੱਕਣ, ਵੀ ਲੱਗ ਗਈ ਚੱਕ ਧਰ ਰਹੇ ਡਰਦੇ ਡਰਦੇ। ਕੱਲ੍ਹ ਤਾਂ ਕਹਿਣ ਡਰ ਖੁੱਲ ਜੂ ਇਹਨਾਂ ਨੂੰ, ਇਹਨਾਂ ਨੂੰ ਲੱਗ ਰਿਹਾ ਕੀ ਚੀਜ਼ ਆ। ਲੋ ਜੀ, ਉੱਤੇ ਵਾਲਾ ਕੰਮ ਤਾਂ ਆਪਣਾ ਸਫਲ ਹੋਇਆ, ਦੋ ਟਰੇ ਆਪਾਂ ਹੋਰ ਮੰਗਵਾ ਲਾਂਗੇ। ਜਿਹੜੇ ਵੀ ਪਾਉਂਦੇ ਗੱਠੇ ਕੱਢ ਕੱਢ ਗੱਡੇ ਖਾ ਰਹੇ ਨੇ, ਦਾਣੇ ਚਲੋ ਵਿੱਚ ਦੇ ਪਾਈ ਜੇ ਕਰਨਗੇ। ਓਕੇ ਜੀ, ਧੰਨਵਾਦ, ਬਣੇ ਰਹੇ ਆਪਣੇ ਹੋਰ ਨਵੀਆਂ ਵੀਡੀਓ ਦੇਖਣ ਲਈ।